ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਵੱਡਾ ਜਥਾ ਬਲੌਕ ਅਟਾਰੀ ਵੱਲੋਂ ਕਾਫਲੇ ਦੇ ਰੂਪ ਵਿੱਚ ਦਿੱਲੀ ਲਈ ਰਵਾਨਾ ਹੋਇਆ ਇਹ ਕਾਫਲਾ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਰਵਾਨਾ ਹੋਇਆ ਨੌਜਵਾਨ ਕਿੱਦੇ ਵੱਡੀ ਗਿਣਤੀ ਦੇ ਵਿੱਚ ਤੇ ਕਿੰਨੇ ਵੱਡੇ ਉਤਸ਼ਾਹਤ ਨਾਲ ਜਾ ਰਹੇ ਆ ਦੂਜਾ ਸਾਡਾ ਮਕਸਦ ਇਹ ਆ ਵੀ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ ਉਹਦੇ ਤੋਂ ਸਰਕਾਰ ਤੇ ਦਬ ਬਣਾਈ ਜਾਵੇ ਉਸ ਆਸਤੇ ਵੀ ਇਹ ਕਾਫਲੇ ਜਿਹੜੇ ਜਾਣੇ ਜ਼ਰੂਰੀ ਸੀ ਤਾਕੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਦਿੱਲੀ ਦੇ ਬਾਰਡਰਾਂ ਦੇ ਲੋਕਾਂ ਦੀ ਗਿਣਤੀ ਕਿੱਡੀ ਉਹਨਾਂ ਨੂੰ ਪਤਾ ਲੱਗਿਆ ਵੀ ਝੋਨੇ ਦੇ ਸੀਜ਼ਨ ਤੋਂ ਕਿਸਾਨ ਫੇਰ ਵੇਲੇ ਹੋ ਗਏ ਤੇ ਆਪੋ ਆਪਣੀਆਂ ਡਿਊਟੀਆਂ ਕਰਨ ਨੂੰ ਫੇਰ ਤਿਆਰ ਡਟੇ ਬੈਠੇ ਆ ਤੇ ਅੱਜ ਆਪਾਂ ਇਹ ਕਾਫਲੇ ਦੇ ਵਿੱਚ ਬੱਸਾਂ ਵੀ ਜਾਣ ਗਿਆ ਗੱਡੀਆਂ ਵੀ ਜਾਣ ਗਿਆ ਹੋਰ ਬਲੈਰੋ ਕੈਂਪਰ ਵਰਗੀਆਂ ਗੱਡੀਆਂ ਜਿਹੜੀਆਂ ਮਤਲਬ ਵੱਡੀਆਂ ਗੱਡੀਆਂ ਨਾਲ ਸਾਡੇ ਚੱਲਣ ਗਿਆ ਸੋ ਇਹ ਕਰਕੇ ਆਪਾਂ ਇਹਨੂੰ ਹੁਣ ਜਿਹੜੀ ਬਾਲਾਮ ਵਾਲੇ ਪਿੰਡਾਂ ਦੀ ਗਿਣਤੀ ਉਹ ਵੀ ਇੱਥੇ ਆਉਣੀ ਸ਼ੁਰੂ ਹੋ ਗਈ ਆ ਤੇ ਆਪਾਂ ਇੱਥੋਂ ਇਹ ਕਾਫਲਾ ਤੋੜਾਂਗੇ